ਰੋਪੜ ਜ਼ਿਲ੍ਹੇ ਦੇ ਪਚਰੰਡਾ ਪਿੰਡ ਦੇ ਸਿਪਾਹੀ ਗੱਜਨ ਸਿੰਘ ਸੋਮਵਾਰ ਨੂੰ ਸ਼ਹੀਦ ਹੋ ਗਏ ਸੀ ਜੰਮੂ ਕਸ਼ਮੀਰ ਦੇ ਪੁਂਚ ਦੇ ਵਿੱਚ ਅਤਵਾਦੀਆਂ ਦੇ ਨਾਲ ਮੁਕਾਬਲੇ ਦੇ ਵਿੱਚ ਤੇ ਅਸੀਂ ਇਸ ਵਕਤ ਪਚਰੰਡਾ ਪਿੰਡ ਦੇ ਵਿੱਚ ਖੜੇ ਹਾਂ ਜਿੱਥੇ ਅੱਜ ਕ੍ਰਿਮੇਸ਼ਨ ਕੀਤਾ ਜਾਵੇਗਾ ਸ਼ਹੀਦ ਦਾ पार्थिव ਸਰੀਰ ਦਾ ਤੇ ਅਸੀਂ ਤੁਹਾਨੂੰ ਦਿਖਾਣੇ ਆ ਕਿ ਗੱਜਨ ਸਿੰਘ ਉਹ ਜੈ ਜਵਾਨ ਜੈ ਕਿਸਾਨ ਦਾ ਜਿਹੜਾ ਨਾਰਾ ਲਾਲ ਬਹਾਦਰ ਸ਼ਾਸਤਰੀ ਜੀ ਨੇ ਦਿੱਤਿਆ ਸੀ ਉਹ ਕਿਦਾਂ ਇਹਨਾਂ ਤੇ ਟੁਕੂਆਂ ਬਿਠਦਾ ਹੈ ਤੇ ਉਸ ਨੂੰ ਰਿਫਲੈਕਟ ਕਰਨ ਵਾਸਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜੈ ਹਿੰਦ ਜੈ ਜਵਾਨ ਜੈ ਕਿਸਾਨ ਦਾ ਨਾਰਾ ਜਿਹੜਾ ਹੈ ਉਹ ਲਿਖਿਆ ਗਿਆ ਹੈ ਚੂਨੇ ਦੇ ਨਾਲ ਤੇ ਸ਼ਹੀਦ ਗੱਜਨ ਸਿੰਘ ਅਮਰ ਰਹੇ ਇਹ ਇਸ ਕਰਕੇ ਹੈ ਕਿਉਂਕਿ ਸ਼ਹੀਦ ਗੱਜਨ ਸਿੰਘ ਉਹ ਸਹੀ ਮਾਇਨੇ ਦੇ ਵਿੱਚ ਜੈ ਜਵਾਨ ਜੈ ਕਿਸਾਨ ਦੇ ਨਾਰਾ ਜਿਹੜਾ ਸੀਗਾ ਉਹ ਉਸ ਨੂੰ ਜਿਹੜਾ ਹੈ ਉਹ ਰਿਫਲੈਕਟ ਕਰਦਾ ਸੀ ਉਸ ਦੀ ਉਹ ਜਿੱਦੀ ਜਿੰਦੀ ਜਗਦੀ ਮਿਸਾਲ ਸੀਗੀ ਤੇ ਦੱਸਦੀ ਹੈ ਕਿ ਫਰਵਰੀ ਦੇ ਵਿੱਚ ਜਦੋਂ ਗੱਜਨ ਸਿੰਘ ਦੀ ਸ਼ਾਦੀ ਹੋਈ ਸੀਗੀ ਤੇ ਗੱਜਨ ਸਿੰਘ ਸ਼ਾਦੀ ਵਾਸਤੇ ਵੀ ਕਿਸਾਨਾਂ ਦੇ ਸਮਰਥਨ ਦੇ ਵਿੱਚ ਉਹ ਟਰੈਕਟਰ ਤੇ ਉੱਥੇ ਆਪਣਾ ਵਿਆਹ ਕਰਨ ਗਏ ਸੀਗੇ ਤੇ ਉਹ ਫੋਟੋਜ਼ ਹੁਣ ਜਦੋਂ ਗੱਜਨ ਸਿੰਘ ਸ਼ਹੀਦ ਹੋਏ ਨੇ ਉਹ ਸਾਹਮਣੇ ਆ ਰਹੀਆਂ ਪਰਿਵਾਰ ਨੇ ਸ਼ੇਅਰ ਕੀਤੀਆਂ ਫੋਟੋ ਤੇ ਇਹ ਤਰੀਕਾ ਹੈ ਜੈ ਜਵਾਨ ਜੈ ਕਿਸਾਨ ਦਾ ਨਾਰਾ ਲਿਖ ਕੇ ਇੱਥੇ ਜਿੱਥੇ ਕਰੀਮੇਸ਼ਨ ਹੋਏਗਾ ਗੱਜਨ ਸਿੰਘ ਦਾ ਸ਼ਹੀਦ ਗੱਜਨ ਸਿੰਘ ਦਾ ਉੱਤੇ ਇਹ ਇਸੇ ਜਗ੍ਹਾ ਤੇ ਸ਼ਹੀਦ ਗਰਜਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਅੰਤਿਮ ਵਿਦਾਈ ਦਿੱਤੀ ਜਾਵੇਗੀ ਉਹਨਾਂ ਨੂੰ ਤੇ ਉਹਨਾਂ ਦਾ ਜੈ ਜਵਾਨ ਜੈ ਕਿਸਾਨ ਦਾ ਨਾਰਾ ਜਿਹੜਾ ਹੈ ਉਹ ਕਿੱਦਾਂ ਉਹਨਾਂ ਤੇ ਫਿੱਟ ਬੈਠਦਾ ਹੈ ਉਸ ਨੂੰ ਰਿਫਲੈਕਟ ਕਰਨ ਵਾਸਤੇ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਯੂਨੀਅਨ ਦੇ ਛੰਡੇ ਵੀ ਇੱਥੇ ਲਾਏ ਗਏ ਨੇ ਕਿਉਂਕਿ ਕਿਸਾਨਾਂ ਦਾ ਸਮਰਥਨ ਉਸ ਸੀਗੇ ਤੇ ਉਸੇ ਸਮਰਥਨ ਦੇ ਚੱਲਦੇ ਉਹ ਜਦੋਂ ਫਰਵਰੀ ਦੇ ਵਿੱਚ ਉਹਨਾਂ ਦਾ ਵਿਆਹ ਹੋਇਆ ਸੀ ਤੇ ਉਹ ਟਰੈਕਟਰ ਤੇ ਬਹਿ ਕੇ ਗਏ ਸੀਗੇ ਉੱਤੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਜਿਹੜਾ ਹੈ ਜਿਹੜਾ ਸ਼ਹੀਦ ਗੱਜਨ ਸਿੰਘ ਤੇ ਬਿਲਕੁਲ ਟੁਕੜਾ ਬੈਠਦਾ ਹੈ ਉਸ ਨੂੰ ਉਹਨਾਂ ਦੀ ਅੰਤਿਮ ਵਿਦਾਈ ਦੇ ਟਾਈਮ ਵੀ ਜਿਹੜਾ ਹੈ ਉਹ ਦਰਸਾਇਆ ਜਾ ਰਿਹਾ ਇੱਥੇ ਪਚਰੰਡਾ ਪਿੰਡ ਦੇ ਵਿੱਚ ਰੋਪੜ ਜ਼ਿਲ੍ਹੇ ਦੇ ਸੋਮਵਾਰ ਨੂੰ ਸ਼ਹੀਦ ਹੋਏ ਸੀ ਸ਼ਹੀਦ ਗੱਜਨ ਸਿੰਘ ਚਾਰ ਪ੍ਰਾਣੇ ਸਭ ਤੋਂ ਛੋਟੇ ਪ੍ਰਾ ਗੱਜਨ ਸਿੰਘ ਸੀਗੇ ਤੇ ਸ਼ਹੀਦ ਹੋਏ ਨੇ ਜੰਮੂ ਕਸ਼ਮੀਰ ਦੇ ਪੁਂਚ ਦੇ ਵਿੱਚ ਤੇ ਅੱਜ ਅੰਤਿਮ ਵਿਦਾਈ ਦੇ ਟਾਈਮ ਉਹਨਾਂ ਨੂੰ ਜੈ ਜਵਾਨ ਜੈ ਕਿਸਾਨ ਦਾ ਨਾਰਾ ਜਿਹੜਾ ਹੈ ਉਹ ਜਿਹੜਾ ਉਹਨਾਂ ਤੇ ਟੁਕੂਆ ਬੈਠਦਾ ਸੀ ਬਿਲਕੁਲ ਫਿੱਟ ਬੈਠਦਾ ਸੀ ਉਸ ਦੇ ਉਸ ਨਾਰੇ ਦੇ ਨਾਲ ਹੀ ਅੰਤਿਮ ਵਿਦਾਈ ਜਿਹੜੀ ਗੱਜਨ ਸਿੰਘ ਨੂੰ ਆਜੀਤ ਦੇ ਪਚਰੰਡਾ ਪਿੰਡ ਦੇ ਵਿੱਚ ਦਿੱਤੀ ਜਾ ਰਹੀ ਹੈ ਕਮਪਨ ਸੰਦੀਪ ਕਲਰਾ ਦੇ ਨਾਲ ਸਚੀਨ ਕੁਮਾਰ ਵੀ ਪਿਸਾਂਜਾ ਪਚਰੰਡਾ ਪਿੰਡ ਰੂਪਰ এবੀਪੀ ਸੌਂਚਾ ਜੋਸ਼ ਜਜ਼ਬਾ ਜਨੂਨ